ਦਾ ਸਤਿਕਾਰ ਕਰਦੇ। ਔਰ ਮੈਂ ਸਮਝਦਾ ਉਹ ਅਫਸਰ ਦਾ ਸਤਿਕਾਰ ਉਦੋਂ ਤੱਕ ਹੋਊਗਾ ਜਦ ਤੱਕ ਅਫਸਰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਵੇ। ਮਗਰ ਜੇ ਕੋਈ ਅਫਸਰ ਇੱਕ ਸਿਆਸੀ ਕਠਪੁਤਲੀ ਬਣ ਜੇ, ਸਿਆਸਤ 'ਚ ਹਿੱਸਾ ਲੈਣਾ ਸ਼ੁਰੂ ਕਰ ਦੇ, ਤਾਂ ਮੈਂ ਸਮਝਦਾ ਜਿਹੜਾ ਉਹਦੇ ਸਰਵਿਸ ਕੰਡਕਟ ਰੂਲਸ ਨੇ ਉਹ ਅਫਸਰ ਉਹਦੀ ਵੀ ਕਤਾਈ ਕਰ ਰਿਹਾ। ਔਰ ਉਹੀ ਚੀਜ਼ ਸਾਡੇ ਸਾਹਮਣੇ ਆਈ ਹੈ ਕਿ ਇੱਕ ਅਫਸਰ ਜਿਹੜਾ ਕਿੱਥੇ ਨਾ ਕਿੱਥੇ ਸਿਆਸੀ ਤੌਰ 'ਤੇ ਪ੍ਰੇਰਿਤ ਹੋ ਕੇ ਆਪਦੇ ਸਾਰੇ ਫੈਸਲੇ ਕਰ ਰਿਹਾ। ਔਰ ਇਹ ਗੱਲ ਸਾਡੀ ਇਕੱਲੇ ਦੀ ਨਹੀਂ, ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੋਹਰ ਲਾ ਦਿੱਤੀ ਇਸ ਗੱਲ 'ਤੇ ਕਿ ਇਹ ਕੁੰਵਰ ਵਿਜੇ ਪ੍ਰਤਾਪ ਇੱਕ ਇਹੋ ਜਿਹਾ ਅਫਸਰ ਹੈ ਜਿਹਨੂੰ ਕਿਸੇ ਵੀ ਇਲੈਕਸ਼ਨ ਰਿਲੇਟਡ ਕੰਮ ਲਈ ਉਹਨੂੰ ਨਹੀਂ ਵਰਤਣਾ ਚਾਹੀਦਾ। ਔਰ ਫਿਰ ਇਕੱਲੀ ਉਹ ਨਹੀਂ, ਉਹਦੇ 'ਚ ਇਹ ਵੀ ਸਾਹਮਣੇ ਸਰਕਾਰ ਨੂੰ ਮਾਫ਼ੀ ਮੰਗਣੀ ਪਈ। ਦੇਖੋ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਕੌਂਸਟੀਟਿਊਸ਼ਨਲ ਬਾਡੀ ਹੈ, ਉਹਨਾਂ ਨੇ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ ਪੈਂਦੀ। ਉਹਨਾਂ ਦੀ ਆਪਦੀ ਆਬਜ਼ਰਵੇਸ਼ਨ ਕਿ ਇਸ ਅਫਸਰ ਨੇ ਸਾਨੂੰ ਵੀ ਮਿਸਲੀਡ ਕੀਤਾ ਔਰ ਆਪਣੀ ਪੋਜੀਸ਼ਨ 'ਤੇ ਬਹਿੰਦਿਆਂ ਇਹ ਸਿਆਸੀ ਟਿੱਪਣੀਆਂ ਦਿੰਦਾ ਜਿਹਦੇ ਨਾਲ ਇੱਕ ਅਫਸਰ ਦਾ ਕੰਡਕਟ ਠੀਕ ਨਹੀਂ ਸਮਝਿਆ ਜਾ ਸਕਦਾ। ਇਹਨੂੰ ਕਦੇ ਵੀ ਇਲੈਕਸ਼ਨ ਕਦੇ ਵੀ ਕਿਸੇ ਇਲੈਕਸ਼ਨ ਡਿਊਟੀ 'ਤੇ ਨਾ ਲਾਇਆ ਜਾਵੇ। ਔਰ ਇਹ ਵੀ ਦੇਖਣ ਨੂੰ ਆਇਆ ਕਿ ਉਹਨੇ ਚਲਾਨ ਪੇਸ਼ ਕਰਤਾ, ਹਲੇ ਕੋਡ ਆਫ ਕੰਡਕਟ ਹਟਿਆ ਨਹੀਂ ਸੀ, ਉਹ ਚਲਾਨ ਦੀ ਕਾਪੀ ਵੀ ਸਾਹਮਣੇ ਆਈ, ਖਬਰਾਂ ਬਣੀਆਂ, ਉਹ ਤੋਂ ਪਤਾ ਲੱਗਿਆ ਕਿ ਇਹਦੀ ਤਾਂ ਕਦੇ ਟ੍ਰਾਂਸਫਰ ਹੀ ਨਹੀਂ ਹੋਈ ਸੀ। ਜਿਹੜਾ ਇੱਕ ਕੌਂਸਟੀਟਿਊਸ਼ਨਲ ਅਥਾਰਿਟੀ ਨੂੰ ਇੰਨਾ ਝੂਠ ਮਾਰਿਆ ਜਾ ਸਕਦਾ, ਫਿਰ ਉੱਥੇ ਫਰੀ ਐਂਡ ਫੇਅਰ ਇਨਕੁਆਇਰੀ ਕਿੱਥੇ ਹੋਣੀ? ਔਰ ਬੇਅਦਬੀ ਦੇ ਮੁੱਦੇ 'ਤੇ ਜਾਂ ਉਸ ਦੇ ਨਾਲ ਸੰਬੰਧਿਤ ਮੁੱਦੇ ਹੋਣ, ਐਡੇ ਸੰਵੇਦਨਸ਼ੀਲ ਮੁੱਦੇ ਹੋਣ, ਤੁਸੀਂ ਉਹਦੇ 'ਤੇ ਵੀ ਸਿਆਸਤ ਕਰਨਾ ਚਾਹੁੰਦੇ ਹੋ? ਕੀ ਇਹ ਅਸਲੀ ਚਿਹਰਾ? ਔਰ ਉਹ ਜੋ ਲੋਕ ਇਸ 'ਤੇ ਸਿਆਸਤ ਕਰਦੇ ਆ, ਕੀ ਉਹ ਕਦੇ ਇਨਸਾਫ ਦੀ ਗੱਲ ਕਰ ਸਕਦੇ? ਔਰ ਵੱਡੀ ਗੱਲ ਇਹ ਵੇਖੋ ਕਿ ਪੰਜ ਅਫਸਰ SIT ਬਣੀ, ਪੰਜ ਅਫਸਰਾਂ ਦੀ, ਜਿਹਦੇ 'ਚ ਜਿਹੜੇ ਹੈੱਡ ਹੈ ਉਹ DGP ਨੇ, ਅੱਜ CBI ਨਾਲ ਕੰਮ ਕੀਤਾ, ਉਹਨਾਂ ਨੇ ਇੱਕ ਦੋ SSP ਨੇ, ਇੱਕ IG ਨੇ, ਜਿਹੜੇ IPS ਅਫਸਰ ਨੇ ਕਹੀ, ਜਿਨ੍ਹਾਂ ਚਾਰਾਂ ਨੇ ਲਿਖ ਕੇ ਇਹ ਕਹਿਤਾ ਕਿ ਅਸੀਂ ਤਾਂ ਜੀ ਇਹਦੇ ਨਾਲ ਡਿਸਐਸੋਸੀਏਟ ਕਰਦੇ। ਕੀ ਉਹੋ ਜਿਹਾ ਬੰਦਾ ਕਦੇ ਪਾਰਦਰਸ਼ਨੀ ਇਨਕੁਆਇਰੀ ਕਰ ਸਕਦਾ? ਔਰ ਵੱਡੀ ਗੱਲ ਅੱਜ ਸਾਡੇ ਸਾਹਮਣੇ ਆਈ ਹੈ, ਮੈਂ ਤੁਹਾਨੂੰ ਕਾਗਜ਼ ਦਊਂਗਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਇਹ ਕੌਲ ਸਾਹਿਬ ਜਦੋਂ ਚੀਫ ਜਸਟਿਸ ਸਨ, ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਕੁਆਇਰੀ ਕੀਤੀ, ਜਿਸ ਇਨਕੁਆਇਰੀ ਦੇ ਉਹਨਾਂ ਦੇ ਖਿਲਾਫ਼ ਇਹ ਟਿੱਪਣੀਆਂ ਹੋਈਆਂ ਕਿ ਇਹਨਾਂ ਨੇ ਇਹ ਕੰਮ ਇਹਨਾਂ ਦਾ ਕਿਸੇ ਪੁਲਿਸ ਅਫਸਰ ਦੀ ਵਰਦੀ 'ਤੇ ਲੋਕ ਵਿਸ਼ਵਾਸ ਕਰਦੇ ਕਿ ਇਨਸਾਫ਼ ਦਿਓ, ਮਗਰ ਇਹਨਾਂ ਨੇ ਇਨਸਾਫ਼ ਵਾਲਾ ਕੰਮ ਨਹੀਂ ਕੀਤਾ, ਇਹਨਾਂ ਨੂੰ ਮਾਫ਼ੀ ਵੀ ਮੰਗਣੀ ਪਈ ਔਰ ਇਹਨਾਂ ਨੂੰ ਉੱਥੇ 1000 ਜਾਂ 5000 ਰੁਪਏ ਦਾ ਜੁਰਮਾਨਾ ਕੀਤਾ, ਔਰ 5000 ਦਾ, ਔਰ ਸੌਰੀ ਲਫ਼ਜ਼ ਵਿੱਚ ਲਿਖਣਾ ਪਿਆ। ਔਰ ਜੱਜ ਸਾਹਿਬ ਨੇ ਇਹ ਲਿਖਿਆ ਕਿ ਮੈਂ ਸਿਰਫ ਇਸ ਲਈ ਛੱਡ ਰਿਹਾ ਕਿਉਂਕਿ ਲੋਕਾਂ ਦਾ ਇਸ ਵਰਦੀ 'ਤੇ ਵਿਸ਼ਵਾਸ ਬੜਾ ਹੈ ਔਰ ਵਿਸ਼ਵਾਸ ਨਾ ਉੱਠ ਜਾਵੇ। ਮਗਰ ਜਿਹੜਾ ਇਨਸਾਨ ਅੱਜ ਇਹ ਕੁਛ ਕਰਨ ਲੱਗ ਪਊਗਾ, ਤੇ ਕੀ ਫਿਰ ਇਹ ਸਿਆਸਤ ਹੀ ਰਹਿ ਗਈ? ਪੋਲਿਟਿਕਸ ਹੀ ਰਹਿ ਗਈ? ਬਿਊਰੋ ਰਿਪੋਰਟ, ਆਵਾਜ਼ ਕੌਮ TV।